ਦੋਸਤੋ ਪੰਜਾਬ ਦੀ ਗੱਲ ਕਰੀਏ ਜਾਂ ਪੂਰੇ ਭਾਰਤ ਦੀ ਗੱਲ ਕਰੀਏ ਸੰਵਿਧਾਨ ਦਾ ਜਿਹੜਾ ਮਕਸਦ ਸੀਗਾ ਉਹ ਹਰ ਵਰਗ ਨੂੰ ਬਰਾਬਰ ਦਾ ਦਾ ਹੱਕ ਦੇਣਾ ਇਨਸਾਫ ਦੇਣਾ ਅਤੇ ਸਮਾਜ ਦੇ ਵਿੱਚ ਵਿਚਰਦੇ ਹੋਏ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਹੂਲਤਾਂ ਨੇ ਉਹ ਮੁਹੱਈਆ ਕਰਵਾਉਣਾ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਬੰਦੇ ਹੱਕ ਨੇ ਉਹ ਦਵਾਉਣਾ ਸੀ ਪਰ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਤਾਂ ਭਾਰਤੀ ਸੰਵਿਧਾਨ ਤੇ ਹਮੇਸ਼ਾ ਸਵਾਲ ਉੱਠ ਜਾਂਦੇ ਨੇ ਕਿਉਂਕਿ ਬਹੁਤ ਸਾਰਾ ਸਮਾਂ ਬੀਤ ਗਿਆ ਉਮਰਾਂ ਲੰਘਾ ਲੀਆਂ ਸਿੰਘਾਂ ਨੇ ਜਿਹੜੇ ਹੱਲੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਨੇ ਉਮਰਾ ਉਮਰ ਕੈਦਵੀ ਉਹਨਾਂ ਨੂੰ ਉਹਨਾਂ ਦੀ ਪੂਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਜਿਹੜੇ ਇਨਸਾਫ ਨੇ ਜਾਂ ਰਿਹਾਈਆਂ ਨੇ ਉਹ ਨਹੀਂ ਹੋਈਆਂ ਲਗਾਤਾਰ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਇਹ ਮੁੱਦੇ ਜਿਹੜੇ ਨੇ ਗਰਮਾਉਂਦੇ ਰਹਿੰਦੇ ਨੇ ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਬਣਦੀਆਂ ਨੇ ਜਾਂ ਸਰਕਾਰਾਂ ਤੋਂ ਬਾਹਰ ਜਿਹੜੇ ਅਕਾਲੀ ਆਗੂ ਹੁੰਦੇ ਨੇ ਜਾਂ ਹੋਰ ਜਿਹੜੇ ਆਗੂ ਹੁੰਦੇ ਨੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਸਿਆਸੀ ਆਗੂ ਉਦੋਂ ਇਹ ਵਿਸ਼ੇ ਜਿਹੜੇ ਨੇ ਜਾਂ ਮੁੱਦੇ ਜਿਹੜੇ ਨੇ ਬੜੇ ਵੱਡੇ ਪੱਧਰ ਤੇ ਚੁੱਕੇ ਜਾਂਦੇ ਨੇ ਹੁਣ ਅਸੀਂ ਜੇ ਮੌਜੂਦਾ ਹਾਲਾਤਾਂ ਦੀ ਪੰਜਾਬ ਦੀ ਗੱਲ ਕਰੀਏ ਤਾਂ ਇਸ ਵਕਤ ਬਰਗਾੜੀ ਦੇ ਵਿੱਚ ਮੋਰਚਾ ਲੱਗਾ ਹੋਇਆ ਜਾਂ ਹੋਰ ਜਿਹੜੇ ਮੁੱਦੇ ਨੇ ਭਾਈ ਰਾਜੂਵਾਨਾ ਦੀ ਜੇ ਜਿਹੜੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਉਹਨਾਂ ਦਾ ਮੁੱਦਾ ਬੜਾ ਗਰਮਾਇਆ ਹੋਇਆ ਕਿ ਉਹਨਾਂ ਦੀ ਜਿਹੜੀ ਅਪੀਲ ਆ ਰਹਿਮ ਦੀ ਅਪੀਲ ਆ ਜਿਹੜੀ ਐਸ.ਪੀ.ਸੀ ਦੇ ਵੱਲੋਂ ਪਾਈ ਗਈ ਸੀ ਜਦੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਅਦਾਲਤ ਦੇ ਵੱਲੋਂ ਉਸ ਵੇਲੇ ਜਿਹੜੀ ਅਪੀਲ ਪਾਈ ਗਈ ਸੀ ਉਸ ਅਪੀਲ ਨੂੰ ਲੈ ਕੇ ਪੈਰ ਵੀ ਨਾ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ ਕਿ ਵੀ ਮੈਨੂੰ ਇੱਕ ਪਾਸੇ ਕੀਤਾ ਜਾਵੇ ਜਾਂ ਤਾਂ ਫਾਂਸੀ ਦੇ ਦਿੱਤੀ ਜਾਵੇ ਜਾਂ ਫਿਰ ਇਹ ਐਲਾਨ ਕਰ ਦਿੱਤਾ ਜਾਵੇ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਹੋ ਗਈ ਹੈ ਬਹੁਤ ਕੁਝ ਚੱਲਣ ਰਿਹਾ ਸਿੱਖ ਲੋਕ ਕਿਦਾਂ ਇਸ ਨੂੰ ਦੇਖਦੇ ਨੇ ਇਸ ਵਿਸ਼ੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਜਿਹੜੀਆਂ ਰਿਹਾਈਆਂ ਹਲੇ ਤੱਕ ਨਹੀਂ ਹੋ ਰਹੀਆਂ ਭਾਈ ਰਾਜੂਵਾਲਾ ਦਾ ਮੁੱਦਾ ਜਿਹੜਾ ਇਸ ਵੇਲੇ ਗਰਮਾਇਆ ਹੋਇਆ ਕਿਦਾਂ ਦੇਖਦੇ ਨੇ ਇਸ ਜੀ ਨੂੰ ਕੀ ਨਾਮ ਜੀ ਤੁਹਾਡਾ ਜਸਵਿੰਦਰ ਸਿੰਘ ਰਾਜਪੁਰਾ ਜਸਵਿੰਦਰ ਜੀ ਕਿਦਾਂ ਦੇਖਦੇ ਹੋ ਇਸ ਵਕਤ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਬੜੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਨੇ ਸਿਆਸੀ ਲੋਕ ਲਗਾਤਾਰ ਸਿਆਸਤ ਕਰ ਰਹੇ ਨੇ ਭਾਈ ਰਾਜੂਆਣੇ ਨੇ ਹੁਣ ਪੁਖੜ ਹੜਤਾਲ ਕਰ ਦਿੱਤੀ ਹੈ ਕਿ ਮੇਰਾ ਮੁੱਦਾ ਜਿਹੜਾ ਹੈ ਇੱਕ ਪਾਸੇ ਕੀਤਾ ਜਾਵੇ ਜਾਂ ਤਾਂ ਫਾਂਸੀ ਦੇ ਦਿੱਤੀ ਜਾਵੇ ਜਾਂ ਫਿਰ ਉਹ ਜਿਹੜੀ ਅਪੀਲ ਪਾਈ ਗਈ ਹੈ ਉਹਤੇ ਕੋਈ ਕਾਰਵਾਈ ਹੋਵੇ ਦੇਖੋ ਜੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਉਮਰ ਕੈਦਾਂ ਤੋਂ ਡਬਲ ਵੀ ਸਜ਼ਾ ਭੋਗਤ ਲਈ ਹੈ ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਜਿਹੜੀ ਸਰਕਾਰਾਂ ਨੇ ਕਿ ਇਹਨਾਂ ਦੀ ਜਿਹੜੀ ਇਹਨਾਂ ਤੇ ਸਖਤ ਧਾਰਾਵਾਂ ਲਗੀਆਂ ਨੇ ਪਰ ਇਹਨਾਂ ਦੇ ਹੀ ਬੰਦਿਆਂ ਦੀ ਗੱਲ ਕਰੀਏ ਪਿੰਕੀ ਗੈਟ ਉਹਨੂੰ 7 ਸਾਲ ਬਾਅਦ ਰਿਹਾ ਕੀਤਾ ਗਿਆ ਤੇ ਜਿਨੇ ਸੈਂਕੜੇ ਲੋਕਾਂ ਦਾ ਕਤਲ ਕੀਤਾ ਸੀਗਾ ਅਸੀਮਾ ਆਨੰਦ ਉਹਨੂੰ ਥੋੜੇ ਜਿਹੀ ਦਿਨਾਂ ਚ ਨਾ 4 ਸਾਲਾਂ 'ਚ ਬਰੀ ਕਰਕੇ ਘਰੇ ਬਿਠਾ ਦਿੱਤਾ ਪਰ ਜਿਹੜੀ ਬੰਦੀ ਸਿੰਘਾਂ ਦੀ ਗੱਲ ਹੈ ਕੋਈ 28 ਸਾਲ ਤੋਂ ਜੇਲ੍ਹ 'ਚ ਐ ਕੋਈ 24 ਸਾਲ ਤੋਂ ਐ ਕੋਈ 22 ਸਾਲ ਤੋਂ ਉਹਨਾਂ ਦੀ ਰਿਹਾਈ ਵੇਲੇ ਇਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਇਹ ਜਾਣਬੁੱਝ ਕੇ ਜਿਹੜੀ ਸਰਕਾਰਾਂ ਨੇ ਸੈਂਟਰ ਦੀਆਂ ਸਿੱਖ ਨੌਜਵਾਨਾਂ ਨੂੰ ਜੇਲ੍ਹ 'ਚ ਡੱਕਣਾ ਚਾਹੁੰਦੀਆਂ ਨੇ ਤਾਂ ਕਿ ਇਹ ਆਪਣੇ ਧਰਮ ਦੀ ਗੱਲ ਆਪਣੇ ਹੱਕਾਂ ਦੀ ਗੱਲ ਆਪਣੇ ਪੰਜਾਬ ਦੇ ਭਲੇ ਦੀ ਗੱਲ ਨਾ ਕਰ ਸਕਣ ਦੂਜੀ ਗੱਲ ਤੁਸੀਂ ਕੀਤੀ ਹੈ ਵੀ ਐਸਜੀਪੀਸੀ ਦੀ ਇਹਦੇ ਵਿੱਚ ਦੋ ਬੰਦੇ ਅਸੀਂ ਦੋਸ਼ੀ ਮੰਨਦੇ ਆ ਇੱਕ ਤਾਂ ਕੇਂਦਰ ਸਰਕਾਰ ਹੈ ਦੂਜੀ ਸਾਡੀ ਜਿਹੜੀ ਅਖੋਤੀ ਪੰਥਕ ਲੀਡਰਸ਼ਿਪ ਹੈ ਉਹ ਕੌਣ ਨੇ ਪਹਿਲੀ ਅਕਾਲੀ ਦਲ ਹੈ ਦੂਜੀ ਹੈਗੀ ਐਸਜੀਪੀਸੀ ਜਦੋਂ ਭਾਈ ਰਾਜੂਆਣਾ ਜੀ ਨੇ 2012 ਤੋਂ ਇਹਨਾਂ ਨੂੰ ਕੇਸ ਦਿੱਤਾ ਸਾਰਾ ਕੁਝ ਉਦੋਂ ਸੌਂਪਿਆ 14 'ਚ ਵੀ ਗੱਲ ਹੋਈ 15 'ਚ ਵੀ ਗੱਲ ਹੋਈ ਉਦੋਂ ਤੱਕ ਇਹ ਸੁੱਤੇ ਪਈ ਸੀਗੇ ਅੱਜ ਤੱਕ ਉਸ ਤੋਂ ਬਾਅਦ ਅੱਜ ਤੱਕ ਇਹ ਮਿਲੇ ਨਹੀਂ ਸੀਗੇ ਨਾ ਕਿਸੇ ਗ੍ਰਹਿ ਮੰਤਰੀ ਨੂੰ ਮਿਲੇ ਨਾ ਰਾਸ਼ਟਰਪਤੀ ਨੂੰ ਮਿਲੇ ਨਾ ਹੀ ਜੱਜਾਂ ਰਾਹੀਂ ਜੱਜਾਂ ਕੋਲ ਪਹੁੰਚ ਕੀਤੀ ਗਈ ਵਕੀਲਾਂ ਦੇ ਰਾਹੀਂ ਕੋਈ ਵੀ ਇਹਨਾਂ ਨੇ ਐਕਟੀਵਿਟੀ ਨਹੀਂ ਕੀਤੀ ਤੇ ਹੁਣ ਜਾ ਕੇ ਇਹ ਗ੍ਰਹਿ ਮੰਤਰੀ ਨੂੰ ਮਿਲ ਕੇ ਇੱਕ ਡਰਾਮਾ ਕਰ ਰਹੇ ਨੇ ਸੋ ਮੈਂ ਇਹ ਹੀ ਅਸੀਂ ਮੰਨਦੇ ਆ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਸਜ਼ਾ ਭੁਗਤ ਚੁਕੇ ਨੇ ਜਦੋਂ ਉਹ ਇੱਕ ਸਿੱਖ ਸਿਆਸੀ ਕੈਦੀ ਨੇ ਜਦੋਂ ਪਾਕਿਸਤਾਨ ਦੇ ਜਿਹੜੇ ਸਿਆਸੀ ਕੈਦੀ ਨੇ ਹਿੰਦੂਸਤਾਨ ਭਾਰਤ ਸਰਕਾਰ ਛੱਡ ਸਕਦੀ ਹੈ ਤਾਂ ਜਿਹੜੇ ਸਿੱਖ ਕੈਦੀ ਨੇ ਇਹਨਾਂ ਨੂੰ ਛੱਡਿਆ ਜਾਂਦਾ ਜਿਹੜੇ ਅਸੀਮਾਨੰਦ ਵਰਗੇ ਆਰਐਸਐਸ ਦੇ ਬੰਦੇ ਨੇ ਸੈਂਕੜੇ ਬੰਦੇ ਮਾਰਦੇ ਨੇ ਉਹਨਾਂ ਨੂੰ ਛੱਡਿਆ ਜਾਂਦਾ ਸਿੱਖਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਵੀ ਇਹ ਸਾਡੇ ਨਾਲ ਸਰਾਸਰ ਧੱਕਾ ਸਿੱਖ ਕੌਮ ਨੂੰ ਸਾਰੀ ਦੁਨੀਆ ਦੇ ਸਾਹਮਣੇ ਯੂਨੈਸਕੋ ਦੇ ਸਾਹਮਣੇ ਆਪਣੇ ਪੱਖਾਂ ਨੂੰ ਰੱਖਣਾ ਚਾਹੀਦਾ ਕਿ ਸਾਡਾ ਸਿੱਧੇ ਰੂਪ ਚ ਇਹ ਸਾਡੀ ਇਹ ਨਸਲਕਾਤ ਕਰ ਰਹੇ ਨੇ ਤੇ ਜਿਹੜੇ ਸਾਡੇ ਖੋਤੀ ਲੀਡਰ ਨੇ ਉਹ ਇਹਨਾਂ ਦਾ ਸਾਥ ਦੇ ਰਹੇ ਨੇ ਕਿੱਦਾਂ ਦੇਖਦੇ ਹਾਂ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਹੁੰਦਾ ਉਦੋਂ ਤਾਂ ਉਹਨਾਂ ਨੂੰ ਪੰਥਕ ਮੁੱਦੇ ਯਾਦ ਨਹੀਂ ਆਉਂਦੇ ਤੇ ਹੁਣ ਜਦੋਂ ਬਾਹਰ ਆਇਆ ਤਾਂ ਹੁਣ ਰਾਜਨਾਥ ਤੱਕ ਪਹੁੰਚ ਕੀਤੀ ਗਈ ਹੈ ਤੇ ਰਾਜਨਾਥ ਵੱਲੋਂ ਵੀ ਗ੍ਰਹਿ ਮੰਤਰੀ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਵੀ ਅਗਲੇ 10 ਦਿਨਾਂ ਦੇ ਵਿੱਚ ਅਸੀਂ ਕੋਈ ਨਾ ਕੋਈ ਕਾਰਵਾਈ ਕਰਾਂਗੇ ਇਹ 10 ਦਿਨ ਪਿਛਲੇ 10 ਸਾਲਾਂ ਦੇ ਭਾਰੂ ਨਹੀਂ ਪੈਂਦੇ ਨਜ਼ਰ ਆ। ਜੀ 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 2012 ਚ ਸਾਨੂੰ ਯਾਦ ਆ ਉਦੋਂ ਵੀ ਅਕਾਲੀ ਦਲ ਮਿਲੇ ਸੀਗੇ 14 ਚ ਵੀ ਮਿਲੇ 15 ਚ ਵੀ ਮਿਲੇ ਜਦੋਂ 14 ਚ ਉਹਨਾਂ ਦੀ ਫਾਂਸੀ ਦੀ ਗੱਲ ਤੁਰੀ ਸੀਗੀ ਕਿ ਉਹਨਾਂ ਨੂੰ ਜਲਦੀ ਰਿਹਾ ਕਰਵਾਇਆ ਜਾਵੇਗਾ ਜਾਂ ਜਿਹੜੇ ਪੰਜਾਬ ਦੇ ਅਧੀਨ ਆਉਂਦੇ ਨੇ ਕੈਦੀ ਸਿੱਖ ਕੈਦੀ ਨੇ ਜਿਹੜੇ ਉਹਨਾਂ ਨੂੰ ਵੀ ਥੋੜੇ ਜੰਮੇ ਅਸੀਂ ਰਿਹਾ ਕਰਦਾਂਗੇ ਪਰ ਉਹ ਤੁਸੀਂ ਅੱਜ ਵੀ ਤੁਹਾਡੇ ਕੋਲੇ ਉਹ ਵੀਡੀਓ ਉਹਨਾਂ ਦੇ ਬਿਆਨ ਮੌਜੂਦ ਨੇ ਉਹ ਤੋਂ 1% ਵੀ ਬੰਦੀ ਸਿੰਘਾਂ ਦਾ ਫਾਇਦਾ ਨਹੀਂ ਹੋਇਆ ਕਿਉਂਕਿ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਮੰਗ ਹੈ ਉੱਥੇ ਹੀ ਖੜੀ ਹੈ ਉਹ ਵਿਚਾਰੇ ਉਦੋਂ ਦੇ ਜੇਲ੍ਹਾਂ ਚ ਨੇ ਜੇਲ੍ਹਾਂ ਦੇ ਹਾਲਾਤ ਵੀ ਏਡੇ ਮਾੜੇ ਨੇ ਕਿ ਉਹਨਾਂ ਨੂੰ ਬੜਾ ਉੱਥੇ ਸੰਘਰਸ਼ ਕਰਨਾ ਪੈ ਰਿਹਾ ਰਹਿਣ ਦੇ ਲਈ ਤੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਦੀ ਗੱਲ ਹੈ ਉਹਨਾਂ ਤੇ ਸਾਨੂੰ ਬਿਲਕੁਲ ਫੇਥ ਨਹੀਂ ਪਰ ਪੂਰੀ ਸਿੱਖ ਨੌਜਵਾਨੀ ਪੂਰੀ ਸਿੱਖ ਕੌਮ ਪੰਜਾਬ ਵਾਸੀ ਸਾਰੇ ਚਾਹੁੰਦੇ ਨੇ ਕਿ ਸਾਡੇ ਬੰਦੀ ਸਿੰਘ ਰਿਹਾ ਹੁਣ ਰਿਹਾ ਹੋ ਕੇ ਆਪਣੇ ਘਰੇ ਵਰਤਨ ਕੀ ਨਾਮ ਜੀ ਤੁਹਾਡਾ ਹਰਚੰਦ ਸਿੰਘ ਹਰਚੰਦ ਜੀ ਕਿੱਦਾਂ ਦੇਖਦੇ ਹੋ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ ਭਾਰਤੀ ਸੰਵਿਧਾਨ ਤੇ ਹਮੇਸ਼ਾ ਇਹ ਸਵਾਲ ਉੱਠਦਾ ਕਿ ਸਿੱਖਾਂ ਦੇ ਲਈ ਅਲੱਗ ਸੰਵਿਧਾਨ ਕਿਉਂ ਅਲੱਗ ਨਿਜਮ ਕਿਉਂ ਤੁਸੀਂ ਕਿੱਦਾਂ ਦੇਖਦੇ ਹੋ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਕੀ ਕੀ ਕਹਿਣਾ ਤੁਹਾਡਾ ਤੇ ਨਾਲ ਦੀ ਨਾਲ ਜਿਹੜਾ ਭਾਈ ਰਾਜੂ ਉਹਨਾਂ ਦਾ ਮੁੱਦਾ ਇਸ ਵੇਲੇ ਗਰਮਾਇਆ ਹੋਇਆ ਉਹਦੇ ਬਾਰੇ ਤੁਸੀਂ ਕਿੱਦਾਂ ਦੀ ਅਸਲ 'ਚ ਜੀ ਜਿਹੜੀ ਹਿੰਦੁਸਤਾਨ ਦੇ ਹਾਕਮਾਂ ਦੀ ਸੋਚ ਹੈ ਉਹ ਸੋਚ ਸਿੱਖ ਵਿਰੋਧੀ ਹੈ ਤੇ ਸਾਨੂੰ ਉਹ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੈ ਤੇ ਗੁਲਾਮ ਰੱਖਣਾ ਚਾਹੁੰਦੇ ਹੈ ਅੱਜ ਜੇ ਹਿੰਦੁਸਤਾਨ ਦਾ ਨਾਮ ਹੈ ਜੇ ਅੱਜ ਭਾਰਤ ਦੁਨੀਆ ਦੇ ਨਕਸ਼ੇ ਤੇ ਹੈ ਤਾਂ ਉਹ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੈ ਪਹਿਲਾਂ 800 ਸਾਲ ਜੋ ਮੁਗਲਾਂ ਦੇ ਗੁਲਾਮ ਸੀ ਉਹਨਾਂ ਤੋਂ ਆਜ਼ਾਦੀ ਦਿਵਾਉਣ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਫਿਰ ਅੰਗਰੇਜ਼ਾਂ ਕੋਲੋਂ ਦੇਸ਼ ਨੂੰ ਆਜ਼ਾਦ ਕਰਵਾਇਆ ਅਸੀਂ ਹਿੰਦੁਸਤਾਨ ਦੇ ਨਾਲ ਆਏ ਸਾਡੇ ਲੀਡਰ ਵੱਖ ਹੋਣਾ ਚਾਹੁੰਦੇ ਸੀ ਪਰ ਇਹਨਾਂ ਦੀਆਂ ਗੱਲਾਂ ਚਾ ਕੇ ਫਿਰ ਇਹਨਾਂ ਨਾਲ ਰਹਿਣਾ ਮੰਨਿਆ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਲੱਖਾਂ ਸਿੰਘ ਸ਼ਹੀਦ ਹੋ ਚੁੱਕੇ ਐ ਸਾਨੂੰ ਇਨਸਾਫ ਨਹੀਂ ਮਿਲਿਆ ਮੋਰਚੇ ਲੱਗੇ ਬੜੀਆਂ ਕੁਰਬਾਨੀਆਂ ਹੋਈਆਂ ਪਰ ਅੱਜ ਤੱਕ ਸਾਨੂੰ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਸਾਡੇ ਸਿੰਘ ਅੱਜ ਤੱਕ ਰਿਹਾ ਨਹੀਂ ਹੋਏ ਉਹ ਸਜ਼ਾਵਾਂ ਕੱਟ ਚੁੱਕੇ ਐ ਇਹ ਸਿੱਖ ਕੌਮ ਨਾਲ ਸਰਾਸਰ ਤੱਕਾ ਹੈ ਤੇ ਰਾਜੋਆਣੇ ਦਾ ਜੋ ਮਸਲਾ ਹੈ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਐ ਜੀ ਪੀ ਸੀ ਨੇ ਲਈ ਐ ਜੀ ਪੀ ਸੀ ਨੇ ਲਈ ਸੀ ਪਰ ਜਦੋਂ ਉਹਨਾਂ ਦੀ ਸਰਕਾਰ ਰਹੀ ਹੈ ਉਹਨਾਂ ਨੇ ਕੋਈ ਇਹਦੇ ਵਾਸਤੇ ਥੋਸ ਕਾਰਵਾਈ ਨਹੀਂ ਕੀਤੀ ਅੱਜ ਉਹ ਸੱਤਾ ਤੋਂ ਬਾਹਰ ਨੇ ਅੱਜ ਭਾਈ ਰਾਜੋਆਣਾ ਜੀ ਨੇ ਉਹ ਹੜਤਾਲ ਰੱਖੀ ਹੈ ਹੁਣ ਉਹ ਫਿਰ ਕੋਸ਼ਿਸ਼ ਕਰਨ ਲੱਗੇ ਐ ਪਰ ਅਕਾਲੀ ਦਲ ਦਾ ਬੇੜਾ ਜਰਜਰਾ ਹੈ ਉਸ ਬੇੜੇ ਦੇ ਅੰਦਰ ਹਜ਼ਾਰਾਂ ਸ਼ੇਕ ਨੇ ਉਹਨਾਂ ਕੋਲੋਂ ਅੱਜ ਵੀ ਕੋਈ ਉਮੀਦ ਨਹੀਂ ਕਿ ਉਹ ਸਿੱਖ ਹੱਕਾਂ ਲਈ ਜਾਂ ਭਾਈ ਰਾਜਵਾਨੇ ਦੀ ਰਿਹਾਈ ਲਈ ਕੁਝ ਕਰ ਸਕਣਗੇ ਉਹ ਕੈਪਟਨ ਸਰਕਾਰ ਤੇ ਵੀ ਉਹ ਪ੍ਰੈਸ਼ਰ ਪਾ ਰਹੇ ਨੇ ਦਬਾਅ ਪਾ ਰਹੇ ਨੇ ਕਿ ਉਬਾ ਸਰਕਾਰ ਵੀ ਇਸ ਮੁੱਦੇ ਨੂੰ ਕੇਂਦਰ ਤੱਕ ਚੱਕੇ ਜਾਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰੇ ਤਾਂ ਜੋ ਭਾਈ ਰਾਜੋਣਾ ਦਾ ਜਿਹੜਾ ਮੁੱਦਾ ਹੈ ਉਹ ਹੱਲ ਹੋ ਸਕੇ ਕਿਦਾਂ ਦੇਖਦੇ ਆਂ ਕਿ ਅਕਾਲੀ ਦਲ ਜਿਹੜਾ ਹੁਣ ਕਾਂਗਰਸ ਸਰਕਾਰ ਤੇ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੀ ਉਹਤੇ ਪ੍ਰੈਸ਼ਰ ਬਣਾ ਰਿਆ ਹਾਂਜੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਕਾਂਗਰਸ ਤੇ ਵੀ ਪ੍ਰੈਸ਼ਰ ਬਣਾਵੇ ਤੇ ਕਾਂਗਰਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹ ਤਾਂ ਬਰਕਰਾਰ ਬਰਕਰਾਰ ਰਹਿ ਸਕਦੀ ਹੈ ਕਿ ਕਾਂਗਰਸ ਵੀ ਪਿਛਲੀਆਂ ਸਾਰੀਆਂ ਆਪਣੀਆਂ ਗਲਤੀਆਂ ਨੂੰ ਭੁੱਲ ਕੇ ਹੁਣ ਚੰਗੀ ਸੋਚ ਰੱਖ ਕੇ ਇਸ ਭਾਈ ਰਾਜਵਾਨੇ ਦੇ ਮਸਲੇ ਨੂੰ ਕੇਂਦਰ ਕੋਲ ਠਾਵੇ ਤੇ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਪੰਜਾਬ ਦੇ ਭਲੇ ਵਿੱਚ ਜੇ ਅਸੀਂ ਗੱਲ ਕਰੀਏ ਕੈਪਟਨ ਸਰਕਾਰ ਦੇ ਜਿਹੜੇ ਐਮਪੀ ਨੇ ਰਵਨੀਤ ਬਿੱਟੂ ਲੁਧਿਆਣਾ ਤੋਂ ਬਿਆਨ ਸਿੰਘ ਦੇ ਪੋਤੇ ਨੇ ਉਹ ਤਾਂ ਕਹਿ ਰਹੇ ਨੇ ਵੀ ਇਹ ਰਾਜਵਾਨਾ ਜਿਹੜਾ ਹੈ ਦੋਸ਼ੀ ਆ ਇਹਨੂੰ ਬਾਹਰ ਨਹੀਂ ਹੋਣਾ ਚਾਹੀਦਾ ਹਾਂਜੀ ਉਹਨਾਂ ਨੇ ਆਪਣੇ ਢੰਗ ਨਾਲ ਗੱਲ ਕਰਨੀ ਹੈ ਪਰ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਜੋ ਨੁਕਸਾਨ ਹੋਇਆ ਹੈ ਉਹ ਕਾਂਗਰਸ ਦੀ ਗਲਤੀਆਂ ਕਰਕੇ ਹੋਇਆ ਹੈ ਤੇ ਜੇ ਉਦੋਂ ਹੀ ਉਹ ਲੀਡਰ ਆਪਣੀ ਜ਼ਿੰਮੇਵਾਰੀ ਨਵਾਉਂਦੇ ਤੇ ਪੁਲਿਸ ਨੂੰ ਇੰਨੀ ਖੁੱਲ ਨਾ ਦਿੰਦੇ ਤਾਂ ਇੱਥੋਂ ਤੱਕ ਨੌਬਤ ਨਹੀਂ ਆਉਣੀ ਸੀ ਕਿ ਬਿਆਨਤ ਸਿੰਘ ਦਾ ਕਤਲ ਹੁੰਦਾ ਇਹ ਮਸਲੇ ਖੜੇ ਹੁੰਦੇ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਕਾਂਗਰਸ ਦੀ ਵਿਧਕੀਆਂ ਦਾ ਹੁਣ ਉਹਨਾਂ ਨੂੰ ਸਭ ਕੁਝ ਭੁੱਲ ਭਲਾ ਕੇ ਪੰਜਾਬ ਦੀ ਜੋ ਮੌਜੂਦਾ ਸ਼ਾਂਤੀ ਹੈ ਇਹ ਬਣੀ ਰਹੇ ਇਹ ਸੋਚ ਕੇ ਉਹਨਾਂ ਨੂੰ ਵੀ ਨਾਲ ਹੋ ਕੇ ਕਦਮ ਉਠਾਉਣਾ ਚਾਹੀਦਾ ਹੈ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਇਸ ਵੇਲੇ ਪੰਜਾਬ ਦੇ ਵਿੱਚ ਪਖਿਆ ਹੋਇਆ ਵੱਖ-ਵੱਖ ਰਾਜਾਂ ਦੇ ਵਿੱਚ ਬੰਦੀ ਸਿੰਘ ਮੌਜੂਦ ਨੇ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਕੈਪਟਨ ਸਰਕਾਰ ਦੇ ਜਿਹੜੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀ ਬਾਕੀ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹਦੇ ਸੰਬੰਧੀ ਕੁਝ ਨਾ ਕੁਝ ਕਾਰਵਾਈ ਹੋਣੀ ਚਾਹੀਦੀ ਤੇ ਨਾਲ ਦੀ ਨਾਲ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਇੱਕ ਪਾਸੇ ਅਕਾਲੀ ਦਲ ਆਪਣਾ ਪੈਂਤਰਾ ਖੇਡ ਰਿਹਾ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਵੱਲੋਂ ਕੋਸ਼ਿਸ਼ ਕਰ ਰਹੇ ਨੇ ਕਿ ਉਹ ਵੀ ਜਿਹੜੇ ਅਕਾਲੀ ਦਲ ਇਸ ਵਕਤ ਸਿੱਖ ਮੁੱਦਿਆਂ ਨੂੰ ਚੱਕ ਕੇ ਸਿਆਸਤ ਕਰਨਾ ਚਾਹੁੰਦਾ ਤੇ ਉਹਦਾ ਜਵਾਬ ਦੇਣ ਪਰ ਜਵਾਬ ਦਿੰਦੇ ਦਿੰਦੇ ਉਹਨਾਂ ਦੇ ਆਪਣੇ ਜਿਹੜੇ ਐਮਪੀ ਨੇ ਉਹ ਕਿਤਨਾ ਕਿਤੇ ਉਹਦਾ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਰਾਜੋਵਾਨਾਂ ਦਾ ਮੁੱਦਾ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਉਹ ਦੋਸ਼ੀ ਨੇ ਬਿਆਨ ਸਿੰਘ ਦੇ ਕਾਤਲ ਨੇ ਪਰ ਇਸ ਵਕਤ ਅਕਾਲੀ ਦਲ ਪੂਰੀ ਸਹਿਯੋਗ ਦੇ ਰਿਹਾ ਆ ਐਸਜੀਪੀਸੀ ਦਾ ਇੱਕ ਵਫਦ ਵੀ ਰਾਜਨਾਥ ਨੂੰ ਮਿਲਿਆ ਤੇ ਰਾਜਨਾਥ ਵੱਲੋਂ ਵੀ ਇਹ ਭਰੋਸਾ ਦੇ ਦਿੱਤਾ ਗਿਆ ਗ੍ਰਹਿ ਮੰਤਰੀ ਜਿਹੜੇ ਸਾਡੇ ਦੇਸ਼ ਦੇ ਨੇ ਕਿ 10 ਦਿਨਾਂ ਦੇ ਵਿੱਚ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨਗੇ ਨੌਜਵਾਨ ਇਸ ਬਾਰੇ ਕਿੱਦਾਂ ਦੇਖਦੇ ਨੇ ਕਿਉਂਕਿ ਨੌਜਵਾਨਾਂ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਆ ਉਹ ਵੀ ਇਸ ਵਿਸ਼ੇ ਨੂੰ ਕਿੱਦਾਂ ਦੇਖਦੇ ਨੇ ਕੀ ਉਹਨਾਂ ਦਾ ਮੰਨਣਾ ਇਸ ਬਾਰੇ ਉਹ ਪੁੱਛਦੇ ਆ ਕੀ ਨਾਮ ਚ ਤੁਹਾਡਾ ਦੀਪ ਸਿੰਘ ਜੀ ਤੁਸੀਂ ਨੌਜਵਾਨ ਹੋ ਸਿੱਖ ਨੌਜਵਾਨ ਹੋ ਬਹੁਤ ਸਾਰੇ ਬੰਦੀ ਸਿੰਘ ਇਸ ਵਕਤ ਜੇਲ੍ਹਾਂ ਦੇ ਵਿੱਚ ਬੰਦ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਦਾਂ ਦੇਖਦੇ ਹੋ ਭਾਈ ਰਾਜਵਾਨਾਂ ਦੇ ਮਸਲੇ ਨੂੰ ਭਾਈ ਇਹਨਾਂ ਨੂੰ ਤਾਂ ਰਿਹਾਈ ਕਰਨੀ ਚਾਹੀਦੀ ਆ ਇਹ ਜਿਹੜੇ ਜੇਲ੍ਹਾਂ ਇਹ ਜਿਹੜਾ ਰਾਜਵਾਨਾਂ ਵਾਲਾ ਮੁੱਦਾ ਚੱਲਿਆ ਹੁਣ ਉੱਠਿਆ ਜਿਹੜਾ ਅਕਾਲੀ ਦਲ ਦਾ ਇਹਨਾਂ ਦੀ ਸਾਰੀ ਆਪਣੀ ਸਿਆਸਤ ਹੈਗੀ ਆ ਵਿੱਚ ਇਹ ਇਹਨਾਂ ਨੂੰ ਬੰਦੀ ਜਿਹੜੀ ਰਿਹਾਈ ਹੋਣੀ ਚਾਹੀਦੀ ਜਿਹੜੀ ਆਪਣੀਆਂ ਸਜ਼ਾ ਜਿਹੜੀਆਂ ਪੂਰੀਆਂ ਕਰ ਚੁੱਕੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਰਹਾ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਕਰ ਦੇਣੀ ਚਾਹੀਦਾ ਰਿਹਾ ਇਹਨਾਂ ਨੂੰ ਜਿਹੜਾ ਨਾਜਾਇਜ਼ ਇਹ ਧੱਕਾ ਹੋ ਰਿਹਾ ਸਿੱਖਾਂ ਨਾਲ ਸ਼ੁਰੂ ਤੋਂ ਚੱਲਦਾ ਆ ਹੁਣ ਤੱਕ ਹੁੰਦਾ ਆ ਰਿਹਾ ਕਿੰਨੇ ਨੌਜਵਾਨਾਂ ਦੀਆਂ ਪੱਗਾਂ ਲੈ ਰਹੀਆਂ ਹਰ ਇੱਕ ਮੁੱਦੇ ਤੇ ਕੋਈ ਛੋਟੀ ਮੋਟੀ ਲੜਾਈ ਹੁੰਦੀ ਤਾਂ ਸਿੱਖ ਦੀ ਦਸਤਾਰ ਉਤਰਦੀ ਆ ਸਰਕਾਰ ਇਹਦੇ ਵਾਸਤੇ ਕੋਈ ਐਕਸ਼ਨ ਨਹੀਂ ਲੈਂਦੀ ਹੈ ਜੇ ਕਹਿੰਦੇ ਆ ਤਾਂ ਕਹਿੰਦੇ ਤੁਸੀਂ ਢੜਕਾਉ ਭਾਸ਼ਣ ਕਰਦੇ ਆ ਵੀ ਤੁਸੀਂ ਮਸਲੇ ਨੂੰ ਦੱਸਿਹਾਣਾ ਕੀ ਹੈ ਤੁਸੀਂ ਕੰਮ ਨੂੰ ਵਿਧਾ ਕੇ ਗੱਲ ਕਰਦੇ ਹੋ ਹਾਂਜੀ ਤੁਸੀਂ ਕਿੱਦਾਂ ਦੇਖਦੇ ਹੋ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਸਿੱਖ ਸਰਮੋਰ ਪੰਥਕ ਆਗੂ ਨੇ ਸਾਡੇ ਉਹਨਾਂ ਦੀ ਕਾਰਵਾਈ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਆ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਰੀਕੇ ਨਾਲ ਨਿਭਾ ਰਹੇ ਆ ਕਿ ਨਹੀਂ ਨਹੀਂ ਬਿਲਕੁਲ ਲਾਪਰਵਾਹੀ ਹੈ ਹਰੇਕ ਪਾਸੇੋਂ ਦੀ ਸਰਕਾਰਾਂ ਦੀ ਸਾਰੀਆਂ ਲਾਪਰਵਾਹੀਆਂ ਜਿਹੜੀਆਂ ਇਹ ਲਾਪਰਵਾਹੀਆਂ ਨਾ ਹੁੰਦੀਆਂ ਤਾਂ ਸਾਡੇ ਸਿੱਖਾਂ ਨਾਲ ਅੱਜ ਤੱਕ ਕੋਈ ਧੱਕਾ ਨਹੀਂ ਹੋ ਸਕਦਾ ਸੀਗਾ ਇਹ ਸਾਰੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜੋ ਕੁਝ ਹੋ ਰਿਹਾ ਇਹ ਸਾਰੀਆਂ ਸਰਕਾਰਾਂ ਦੀਆਂ ਸਿਆਸਤਾਂ ਹੈਗੀਆਂ ਜਿਹੜੀਆਂ ਵਿੱਚ ਏਜੰਸੀਆਂ ਦੇ ਬੰਦੇ ਆ ਆਰਐਸਐਸ ਦੇ ਬੰਦੇ ਹੋਗੇ ਇਹ ਸਾਰੇ ਗੁੰਮਰਾਹ ਕਰਦੇ ਤੁਹਾਨੂੰ ਕੀ ਲੱਗਦਾ ਤੁਸੀਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਿੱਦਾਂ ਇਹਨਾਂ ਮਸਲਿਆਂ ਦਾ ਹੱਲ ਹੋ ਸਕਦਾ ਕਿੱਦਾਂ ਜੇ ਅਸੀਂ ਕੋਸ਼ਿਸ਼ ਕਰੀਏ ਸਿੱਖ ਪੰਥ ਨੂੰ ਇਕੱਠਾ ਕਰਨਾ ਤੇ ਕਿੱਦਾਂ ਇਹ ਜਿਹੜੇ ਬੰਦੀ ਸਿੰਘ ਨੇ ਰਿਹਾਈ ਦੇ ਲਈ ਉਹਨਾਂ ਦੇ ਲਈ ਕਿਹੜੀਆਂ ਕੋਸ਼ਿਸ਼ਾਂ ਜੜੀਆਂ ਹੋਣੀਆਂ ਚਾਹੀਦੀਆਂ ਭਾਜੀ ਇਹ ਤਾਂ ਇੱਕਜੁੱਟ ਹੋਣਾ ਪਊਗਾ ਤਾਂ ਤਾਂ ਸਾਡੀ ਮਸਲੇ ਤੇ ਹੱਲ ਹੋ ਸਕਦੇ ਉਹਦਾ ਉਸ ਤੋਂ ਇਲਾਵਾ ਕੋਈ ਨਹੀਂ ਹੋ ਸਕਦਾ ਕਿਉਂਕਿ ਜੇ ਜਦ ਤੱਕ ਅਸੀਂ ਆਪਣੀ ਸ਼ਕਤੀ ਕਾਰਵਾਈ ਨਹੀਂ ਕਰਦੇ ਸਰਕਾਰ ਦੇ ਉੱਪਰ ਨਹੀਂ ਆਪਣਾ ਸਖਤ ਐਕਸ਼ਨ ਕੋਈ ਚੱਕਦੇ ਜਾਂ ਕੋਈ ਅੜ ਕੇ ਕੰਮ ਨਹੀਂ ਕਰਾ ਸਕਦੇ ਜਦ ਤੱਕ ਸਾਡਾ ਕੋਈ ਸੋਲੂਸ਼ਨ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੇ ਗਮਰਾਹ ਕੀਤਾ ਹਰੇ ਸ਼ੁਰੂ ਤੋਂ ਕਰਦੇ ਆਏ ਆ ਕੀ ਨਾਮ ਕੀ ਤੁਹਾਡਾ ਅਲੰਕਾਰ ਸਿੰਘ ਕਿਦਾਂ ਦੇਖਦੇ ਹੋ ਤੁਸੀਂ ਇਸ ਵਕਤ ਦੇ ਜਿਹੜੇ ਹਾਲਾਤ ਨੇ ਭਾਈ ਰਾਜੂਵਾਨਾ ਦੀ ਮੁੱਦਾ ਚੱਲ ਰਿਹਾ ਉਹ ਭੁਖ ਹੜਤਾਲ ਤੇ ਨੇ ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰੀਏ ਬਹੁਤ ਸਾਰੇ ਬੰਦੀ ਸਿੰਘ ਹਲੇ ਤੱਕ ਆਪਣੀਆਂ ਉਮਰਾਂ ਜ਼ਿਲ੍ਹਿਆਂ ਦੇ ਵਿੱਚ ਨਹਾ ਚੁੱਕੇ ਨੇ ਉਹਨਾਂ ਦੇ ਨਤੀਜੇ ਨਹੀਂ ਕੋਈ ਨਿਕਲਦੇ ਹੱਲ ਨਹੀਂ ਹੋ ਰਹੇ ਕਿਦਾਂ ਦੇਖਦੇ ਨੇ ਸਾਰੇ ਮਸਲੇ ਦੇਖੋ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈਗਾ ਇਹ ਘਾਟ ਸਾਡੀ ਲੀਡਰਸ਼ਿਪ ਦੀ ਹੈ ਜੀ ਜਿਵੇਂ ਭਾਈ ਜਸਵਿੰਦਰ ਸਿੰਘ ਜੀ ਨੇ ਤੇ ਸਾਡੀ ਲੀਡਰਸ਼ਿਪ ਚ ਹੀ ਖੋਟ ਹੈ ਜੀ ਤੇ ਇਹ ਲੀਡਰਸ਼ਿਪ ਜਿਹੜੀ ਹੈ ਇਹਨਾਂ ਦੇ ਹਾਕਮਾਂ ਦੀ ਰਹਿਮਤਾਂ ਦਾ ਭਾਰ ਹੀ ਐ ਇਹਨਾਂ ਵੀ ਸਿੱਖ ਪੰਥ ਦੇ ਪਾਸੇ ਖਲੋਈ ਨਹੀਂ ਸਕਦੇ ਤੇ ਜਦੋਂ ਪਹਿਲਾਂ ਦੇਖੋ ਆਪਾਂ ਭਾਈ ਗੁਰਬਖਸ਼ ਸਿੰਘ ਜਿਨੇ ਜਿਵੇਂ ਮੋਰਚਾ ਲਾਇਆ ਗੁਰਦੁਆਰਾ ਸਾਹਿਬ ਲੱਗਿਆ ਤੇ ਉਸ ਵੇਲੇ ਦੇਖੋ ਇੱਕ ਆਮ ਸਿੱਖ ਨੇ ਮੋਰਚਾ ਲਾਇਆ ਕੋਈ ਪਾਵਰ ਮUNICIPAL ਪੋਲੀਟੀਕਲ ਬੰਦਾ ਨਹੀਂ ਸੀਗਾ ਤੇ ਆਮ ਸਿੱਖ ਸੰਗਤ ਨੇ ਸਾਥ ਦਿੱਤਾ ਉਸ ਵੇਲੇ ਕੁਝ ਐਕਸ਼ਨ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਨ੍ਹਾਂ ਨੂੰ ਕਦੇ ਪਹਿਲੋਲ ਵੀ ਨਹੀਂ ਸੀ ਮਿਲੀ ਉਹ ਵੀ ਸਿੰਘ ਆਏ ਤੇ ਕੁਛ ਨਾ ਕੁਛ ਆਪਾਂ ਨੂੰ ਲੱਗਿਆ ਤੇ ਦੇਖੋ ਜਿਹੜੇ ਲੀਡਰ ਨੇ ਇਹਨਾਂ ਕੋਲ ਤਾਂ ਪਾਵਰ ਵੀ ਹੈਗੀ ਹੈ ਜੀ ਜੇ ਇਹ ਕੁਛ ਕਰਨਾ ਚਾਹਣ ਤਾਂ ਕੀ ਨਹੀਂ ਕਰ ਸਕਦੇ ਹੈਗੇ ਤੇ ਇਹ ਤਾਂ ਸਭ ਕੁਝ ਹੀ ਕਰ ਸਕਦੇ ਨੇ ਕੁਛ ਨਾ ਕੁਛ ਪਰ ਇਹ ਚਾਹੁੰਦੇ ਹੀ ਨਹੀਂ ਹੈਗੇ ਜੀ ਤੇ ਇਸ ਤਰ੍ਹਾਂ ਕਰਕੇ ਜਿਹੜਾ ਹੈ ਖੋਟ ਸਾਰੀ ਸਾਡੀ ਲੀਡਰਸ਼ਿਪ ਦੀ ਹੈ ਜੀ ਜੇ ਅਸੀਂ ਗੱਲ ਕਰੀਏ ਬਰਗਾੜੀ ਦੇ ਵਿੱਚ ਵੀ ਮੋਰਚਾ ਲੱਗਾ ਉਹ ਵੀ ਕਿਤੇ ਨਾ ਕਿਤੇ ਇਹ ਮਸਲੇ ਉਠਾ ਰਹੇ ਨੇ ਕਿ ਜਿਹੜੇ ਸਿੱਖਾਂ ਦੇ ਨਾਲ ਜੁੜੇ ਮਸਲੇ ਇਹਨਾਂ ਦਾ ਹੱਲ ਹੋਣੇ ਚਾਹੀਦੇ ਇਹ ਬੰਦੀ ਸਿੰਘ ਆ ਉਹ ਰਹਾ ਹੋਣੇ ਚਾਹੀਦੇ ਗੁਰਗਰਾਂ ਸਾਹਿਬ ਦੀ ਬੇਅਦਬੀ ਹੋਈ ਉਹਨਾਂ ਦੇ ਮਸਲੇ ਹਲੇ ਤੱਕ ਨਹੀਂ ਹਲੇ ਉਹਨਾਂ ਦੇ ਵੀ ਕੋਈ ਨਾ ਕੋਈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਕਿੱਦਾਂ ਦੇਖਦੇ ਬਰਗਾੜੀ ਵਾਲਾ ਜਿਹੜਾ ਮੋਰਚਾ ਲੱਗਾ ਤੇ ਅਕਾਲੀ ਦਲ ਜਿਹੜਾ ਹੁਣ ਕੇਂਦਰੀ ਮੰਤਰੀਆਂ ਨਾਲ ਮਿਲ ਗਿਆ ਤੇ ਦੇਖੋ ਮੋਰਚਿਆਂ ਦੀ ਗੱਲ ਇਹ ਹੈ ਜੀ ਹੁਣ ਇਸ ਵੇਲੇ ਪੰਥ ਦੇ ਵਿੱਚ ਹਾਲਾਤ ਹੀ ਇਦਾਂ ਦੇ ਪੈਦਾ ਹੋ ਚੁੱਕੇ ਨੇ ਕਿ ਜਿਹੜਾ ਹੈ ਕੋਈ ਵੀ ਮੋਰਚਾ ਜਿਹੜਾ ਹੈ ਲਾਉਂਦਾ ਉਹਦੀ ਮੋਰਚਾ ਲੱਗਣ ਤੋਂ ਪਹਿਲਾਂ ਹੀ ਉਹਦੀ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਦੇ ਪੰਛ ਦੇ ਵਿੱਚ ਹਾਲਾਤ ਬਣ ਚੁੱਕੇ ਨੇ ਤੇ ਕਹਿਣ ਦਾ ਮਤਲਬ ਕਿਸੇ ਵੀ ਜਗ੍ਹਾ ਇਕੱਠ ਨਾ ਹੋ ਸਕਣ ਸਿੱਖ ਵੀ ਆਪਸ ਦੇ ਵਿੱਚ ਬਿਆਨਬਾਜ਼ੀ ਇਧਰੋਂ ਉਧਰੋਂ ਵੀ ਇੱਕ ਜਗ੍ਹਾ ਮਤਲਬ ਕਿ ਕੋਈ ਗੱਲ ਹੀ ਨਹੀਂ ਉੱਠ ਜਿਹੜੀ ਹੈ ਸახਰੀ ਕਿਸੇ ਜਗ੍ਹਾ ਤੋਂ ਤੇ ਇਹੀ ਜਿਹੜਾ ਹੈ ਕਾਰਨ ਹੈ ਜੀ ਮੁਰਚੇ ਫੇਲ ਹੋਣ ਦਾ ਵੀ ਉਹਦੇ ਵਿੱਚੋਂ ਫਿਰ ਨਿਕਲਣਾ ਵੀ ਕੀ ਹੈ ਜੀ ਰਿਜ਼ਲਟ ਤੇ ਜਦੋਂ ਮਤਲਬ ਕਿ ਉਹਨਾਂ ਤੇ ਜਿਹੜਾ ਹੈ ਕਈ ਬੈਠੇ ਨੇ ਜੀ ਕੋਈ ਕਹਿੰਦੇ ਨੇ ਸਾਨੂੰ ਵਿਸ਼ਵਾਸ ਨਹੀਂ ਕੋਈ ਇਸ ਤਰ੍ਹਾਂ ਉਸ ਤਰ੍ਹਾਂ ਕਰਕੇ ਮਤਲਬ ਪੂਰੀ ਹਮੈਤ ਨਹੀਂ ਮਿਲ ਰਹੀ ਉਹ ਆਪਾਂ ਵੀ ਦੇਖ ਰਹੇ ਹਾਂ ਜੋ ਰਿਐਲਿਟੀ ਹੈਗੀ ਹੈ ਜੀ ਤੇ ਜਦੋਂ ਹਮੈਤ ਹੀ ਪੂਰੀ ਨਹੀਂ ਪਵਿੱਤਰ ਸਿੰਘ ਜੀ ਪਵਿੱਤਰ ਜੀ ਕਿੱਦਾਂ ਦੇਖਦੇ ਹੋ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ ਬੰਦੀ ਸਿੰਘਾਂ ਦੀ ਰਿਹੈ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਪਰ ਕੋਸ਼ਿਸ਼ਾਂ ਦੇ ਜਿਹੜੇ ਹੱਲ ਆ ਉਹ ਨਹੀਂ ਨਿਕਲਦੇ ਤੇ ਦੂਜੇ ਪਾਸੇ ਅਕਾਲੀ ਦਲ ਹੁਣ ਕੇਂਦਰ ਤੱਕ ਪਹੁੰਚ ਕਰ ਰਿਹਾ ਕਿ ਭਾਈ ਰਾਜੋਆਣਾ ਨੂੰ ਜਿਹੜੀ ਆ ਉਹਨਾਂ ਦੀ ਰਿਹਾਈ ਦੀ ਅਪੀਲ ਆ ਰਹਿਮ ਦੀ ਅਪੀਲ ਆ ਉਹਨੂੰ ਪਾਸ ਕੀਤਾ ਜਾਣਾ ਚਾਹੀਦਾ ਉਹ ਕੀਤਾ ਜਾਣਾ ਜ਼ਰੂਰ ਕੀਤਾ ਜਾਣਾ ਚਾਹੀਦਾ ਜੀ ਕਿਉਂਕਿ ਰਾਜੋਆਣਾ ਜੀ ਨੂੰ ਕਾਫੀ ਸਮਾਂ ਹੋ ਗਿਆ ਹੈ ਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਫਿਰ ਵੀ ਉਹ ਆਪਣੀ ਸਜ਼ਾ ਤੋਂ ਬਾਅਦ ਵੀ ਸਜ਼ਾ ਨੂੰ ਭੁਗਤ ਰਹੇ ਨੇ ਇਹ ਬਹੁਤ ੱੱਕਾ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਰਕਾਰਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣਾ ਆਜ਼ਾਦ ਕੀਤਾ ਜਾਏ ਤਾਂ ਜੋ ਆਪਣੇ ਕਾਰਜ ਵਾਪਸ ਜਾ ਸਕਣ ਜੀ ਕਿੱਦਾਂ ਦੇਖਦੇ ਹਾਂ ਬਹੁਤ ਸਾਰੇ ਸਿੱਖ ਹੱਲੇ ਵੀ ਜੀਲਾਂ ਦੇ ਵਿੱਚ ਬੰਦ ਨੇ ਕਿੱਦਾਂ ਦੇਖਦੇ ਹਾਂ ਵੀ ਇਹ ਮਸਲੇ ਕਿੱਦਾਂ ਹੱਲ ਹੋਣੇ ਚਾਹੀਦੇ ਤੇ ਸਿੱਖ ਕੌਮ ਨੂੰ ਕੀ ਸੁਨੇਹਾ ਦਿੰਨੇ ਹੋ ਤੁਸੀਂ ਵੀ ਤਾਂ ਜੋ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਬਣ ਕੇ ਸਿੱਖ ਇੱਕ ਦੂਜੇ ਨਾਲ ਧੜੇਬਾਜ਼ੀ ਕਰਕੇ ਇੱਕ ਦੂਜੇ ਦੇ ਵਿਰੋਧ ਕਰ ਰਹੇ ਨੇ ਕਿੱਦਾਂ ਹੱਲ ਦੇਖਦੇ ਹੋ ਇਹਨਾਂ ਚੀਜ਼ਾਂ ਇਹ ਧੜੇਬਾਜ਼ੀ ਨਹੀਂ ਚੱਲਣੀ ਜੀ ਇਹ ਤਾਂ ਇੱਕਜੁੱਟ ਹੋਣਾ ਪਏਗਾ ਆਪਾਂ ਨੂੰ ਜੀ ਇੱਕ ਜਿਹੜੇ ਹੋਵਾਂਗੇ ਤਾਂ ਹੀ ਮਤਲਬ ਕਿ ਕੋਈ ਨਾ ਕੋਈ ਕੌਮ ਦਾ ਕੋਈ ਹੱਲ ਨਿਕਲੇਗਾ ਨਹੀਂ ਤੇ ਪੰਜਾਬ ਦਾ ਅੱਜ ਕੀ ਹਾਲ ਹੈ ਨਸ਼ਿਆਂ ਵਿੱਚ ਬੱਚੇ ਜਿਹੜੇ ਨੇ ਗਲਤਾਨ ਹੋਏ ਪਏ ਨੇ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਹ ਜੇ ਕਿ ਸਿੰਘ ਆਪਣੇ ਜੋ ਚੜ੍ਹਦੀ ਕਲਾ ਵਾਲੇ ਨੇ ਉਹ ਜੇਲ੍ਹਾਂ 'ਚ ਬੈਠੇ ਨੇ ਉਹ ਜੇਲ੍ਹਾਂ 'ਚ ਬਾਹਰ ਆਣ ਕੇ ਜਿਨ੍ਹਾਂ ਦੀ ਇੱਕ ਇਸ਼ਾਰੇ ਤੇ ਸਿੱਖ ਕੌਮ ਦੇ ਨੌਜਵਾਨ ਜਿਹੜੇ ਨੇ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਨੇ ਜੇ ਕਿ ਉਹ ਬਾਹਰ ਹੋਣ ਤੇ ਅੱਜ ਸਿੱਖ ਦਾ ਅੱਜ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀਗਾ ਜੀ ਲੋਕਾਂ ਦੇ ਵਿੱਚ ਵਿਚਰ ਕੇ ਜਿਹੜੇ ਸਿੱਖਾਂ ਦੇ ਅਸਲੀ ਮਸਲੇ ਨੇ ਜਿਨ੍ਹਾਂ ਦੇ ਬਾਰੇ ਇਸ ਵਕਤ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਸਿਆਸੀ ਲੋਕ ਆਪਣੇ ਵੱਲੋਂ ਪੂਰੀ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਿੱਖ ਇਹਦੇ ਬਾਰੇ ਕੀ ਸੋਚਦੇ ਨੇ ਕਿੱਦਾਂ ਇਹਨਾਂ ਮਸਲਿਆਂ ਦਾ ਹੱਲ ਸੋਚਦੇ ਨੇ ਉਹਨਾਂ ਦੇ ਵਿੱਚ ਵਿਚਰ ਰਹੇ ਉਹਨਾਂ ਤੋਂ ਪੁੱਛ ਰਹੇ ਹਾਂ ਇਸ ਬਾਰੇ ਕੀ ਨਾਮ ਜੀ ਤੁਹਾਡਾ ਕਰਨੈਲ ਸਿੰਘ ਜੀ ਕਰਨੈਲ ਜੀ ਕਿੱਦਾਂ ਦੇਖਦੇ ਹੋ ਸਿੱਖਾਂ ਦੇ ਮਸਲੇ ਇਸ ਵਕਤ ਜਿਹੜੇ ਨੇ ਬੜੇ ਗੰਭੀਰ ਨੇ ਬਹੁਤ ਸਾਰੇ ਸਿੱਖ ਉਮਰ ਕੈਦਾਂ ਭੋਗ ਚੁੱਕੇ ਨੇ ਪਰ ਹਾਲੇ ਵੀ ਜ਼ਿਲ੍ਹਿਆਂ ਦੇ ਵਿੱਚ ਨੇ ਜਿਨ੍ਹਾਂ ਦੇ ਮਸਲਿਆਂ ਦੀ ਰਹਿਮ ਦੀ ਅਪੀਲ ਪਈ ਆ ਉਹਨਾਂ ਤੇ ਵੀ ਲਗਾਤਾਰ ਸਿਆਸਤ ਹੋ ਰਹੀ ਹੈ ਹੱਲ ਕਿੱਦਾਂ ਦੇਖਦੇ ਹੋ ਕੀ ਹੋਣਾ ਚਾਹੀਦਾ ਕੀ ਸਿੱਖ ਹੱਲ ਇਹਦਾ ਇਹੀ ਹੈ ਜੀ ਸਿਆਸਤ ਤਾਂ ਸ਼ੁਰੂ ਤੋਂ ਹੀ ਹੁੰਦੀ ਆਈ ਹੈ 84 ਦੇ ਮਸਲੇ ਹੁਣ ਤੱਕ ਇਲੈਕਸ਼ਨਾਂ ਦੇ ਵਿੱਚ ਪ੍ਰਚਾਰੇ ਜਾਂਦੇ ਰਹੇ ਨੇ ਪਰ ਉਹਦਾ ਹੱਲ ਕੋਈ ਨਹੀਂ ਨਿਕਲਿਆ ਤੇ ਹੱਲ ਇਹਦਾ ਇਹੀ ਹੈ ਵੀ ਪੁਰਾਣੀ ਪੁਰਾਣੀ ਸਾਡੀ ਲੀਡਰਸ਼ਿਪ ਜਿਹੜੀ ਸਾਰੀ ਫੇਲ ਹੋ ਚੁੱਕੀ ਹੈ ਸਾਨੂੰ ਸਿੱਖਾ ਨੂੰ ਨਵੀਂ ਲੀਡਰਸ਼ਿਪ ਕਾਇਮ ਕਰਨੀ ਚਾਹੀਦੀ ਆ ਉਹ ਸਿੱਖ ਟਣਕਾ ਕੇ ਅੱਗੇ ਲਿਆਉਣੇ ਚਾਹੀਦੇ ਨੇ ਜਿਹੜੇ ਸਿਧਾਂਤਾਂ 'ਚ ਸਮਝੌਤੇ ਨਾ ਕਰਨ ਵਿਕਣ ਨਾ ਆਪਣੇ ਸਵਾਰਥਾਂ ਵਾਸਤੇ ਕਿਸੇ ਡਰ ਦੇ ਭੈ ਦੇ ਇਤਿਹਾਦ ਆਉਣ ਤੇ ਆਪਣਾ ਉਹ ਸਮਝੌਤਾ ਕਿਸੇ ਕਿਸਮ ਦਾ ਵੀ ਨਾ ਕਰਨ ਤੇ ਇਸ ਲੜਾਈ ਨੂੰ ਜਿਹੜੀ ਅੱਗੇ ਲੈ ਕੇ ਜਾਣ ਪੁਰਾਣੀ ਲੀਡਰਸ਼ਿਪ ਜਿਹੜੀ ਜਦੋਂ ਮਸਲੇ ਉਠਾਉਂਦੀ ਹੈ ਉਹਦੀ ਉਠਾਉਂਦੀ ਜਦੋਂ ਇਲੈਕਸ਼ਨਾਂ ਨੇੜੇ ਹੋਣ ਉਹ ਸਿਰਫ ਇਹ ਤੇ ਸਿਆਸਤ ਕਰਦੀ ਹੈ ਇਹਦੇ ਵਾਸਤੇ ਉਹ ਇਹਦਾ ਹੱਲ ਕੱਢਣ ਵਾਸਤੇ ਗੰਭੀਰ ਨਹੀਂ ਜੇ ਇਹ ਲੀਡਰਸ਼ਿਪ ਜਾਂ ਮੌਜੂਦਾ ਸਰਕਾਰ ਇਹਦੇ ਵਾਸਤੇ ਗੰਭੀਰ ਹੋਵੇ ਤਾਂ ਇਹ ਵਿਦਨ 2 ਡੇਸ ਇਹ ਸਾਰੇ ਮਸਲੇ ਹੱਲ ਹੋ ਸਕਦੇ ਨੇ ਬਾਕੀ ਮੈਂ ਕਵਾਂਗਾ ਵੀ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਵਾਸਤੇ ਸੁਪਰੀਮ ਹੈ ਰਾਜਨੀਤੀ ਰਾਜਨੀਤਿਕ ਜਿਹੜੇ ਬੰਦੇ ਨੇ ਕਾਨੂੰਨ ਨਾਲ ਖੇਡ ਜਿਹੜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਬੰਦੇ ਸਜ਼ਾਵਾ ਭੁਗਤ ਚੁੱਕੇ ਨੇ ਉਹਨਾਂ ਨੂੰ ਇਮੀਡੀਏਟਲੀ ਜਿਹੜੇ ਰਹਾਆ ਕਰਨਾ ਚਾਹੀਦਾ ਤੇ ਜਿਹੜੇ ਬਾਕੀ ਕੋਸ਼ ਕਾਨੂੰਨ ਨੇ ਜਿਨ੍ਹਾਂ ਨੂੰ ਸਜ਼ਾਵਾ ਦਿੱਤੀਆਂ ਨੇ ਉਹ ਰਾਜਨੀਤਿਕ ਬੰਦਿਆਂ ਨੂੰ ਇਹਦੇ ਵਾਸਤੇ ਬਹੁਤ ਨਰਮਾਈ ਵਾਲਾ ਵਰਤੀਰਾ ਜਿਹੜਾ ਉਹ ਅਪਣਾ ਕੇ ਤੇ ਉਹਨਾਂ ਨੂੰ ਵੀ ਕਾਨੂੰਨ ਰਿਲੈਕਸ ਕਰਕੇ ਬਾਹਰ ਕੱਢਣਾ ਚਾਹੀਦਾ ਕਿਉਂਕਿ ਇਹ ਹਾਲਾਤ ਉਹਨਾਂ ਨੇ ਹੀ ਪੈਦਾ ਕੀਤੇ ਹੋਏ ਨੇ ਮੈਂ ਇਹੀ ਬੇਨਤੀ ਕਰੂੰਗਾ ਸਭ ਨੂੰ ਵੀ ਇਸ ਮੈਂ ਤਾਂ ਸਿੱਖ ਸਮਾਜ ਨੂੰ ਇੱਕ ਸਨੇਹਾ ਦੇਵਾਂਗਾ ਕਿ ਸਿੱਖ ਸਮਾਜ ਆਪਣੀ ਲੀਡਰਸ਼ਿਪ ਨਵੀਂ ਤਿਆਰ ਕਰੇ ਉਹ ਜੋ ਦੇ ਅੱਗੇ ਲੈ ਕੇ ਆਵੇ ਜਿਹੜੇ ਸਮਝੌਤਾ ਨਾ ਕਿਸੇ ਵੀ ਸਿਧਾਂਤ ਦੇ ਵਿੱਚ ਕਰਨ ਭਾਵੇਂ ਜੋ ਮਰਜ਼ੀ ਹੋਵੇ ਕਿਉਂਕਿ ਜਿਹੜੇ ਜਦੋਂ ਸਾਡੀ ਸਾਡਾ ਸਿੱਖ ਸਮਾਜ ਸੰਘਰਸ਼ ਕਰਦਾ ਹੈ ਬਹੁਤ ਜ਼ੋਰ ਲੱਗਦਾ ਹੈ ਉਹ ਜਦੋਂ ਪੀਕ ਤੇ ਸਾਡੀ ਮੂਵਮੈਂਟ ਪਹੁੰਚ ਜਾਂਦੀ ਹੈ ਉਦੋਂ ਸਾਡੇ ਲੀਡਰ ਜਿਹੜੇ ਨੇ ਉਹ ਸਮਝੌਤਾ ਕਰ ਜਾਂਦੇ ਨੇ ਸਾਡੀ ਸਾਰੀ ਮੂਵਮੈਂਟ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਕੀ ਨਾਮ ਜੀ ਤੁਹਾਡਾ ਮਲਕੀਤ ਸਿੰਘ ਜੀ ਕੀ ਜੀ ਕਿਦਾਂ ਦੇਖਦੇ ਹੋ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਖਾਸ ਕਰ ਜਿਹੜਾ ਸਾਰਿਆਂ ਲਈ ਬਰਾਬਰ ਮੰਨਿਆ ਜਾਂਦਾ ਉਹ ਵੀ ਕਿਤੇ ਨਾ ਕਿਤੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਸੰਵਿਧਾਨ ਸਿੱਖਾਂ ਦੇ ਲਈ ਅਲੱਗ ਹੈ ਦੇਖੋ ਜੀ ਜੇ ਆਪਾਂ ਧਿਆਨ ਮਾਰੀਏ 1947 ਤੋਂ ਲੈ ਕੇ ਅੱਜ ਤੱਕ ਜੋ ਵੀ ਮਤਲਬ ਭਾਰਤ ਸਰਕਾਰ ਕਰ ਰਹੀ ਹੈ ਸਿੱਖਾਂ ਦੇ ਨਾਲ ਔਰ ਘੱਟ ਗਿਣਤੀਆਂ ਦੇ ਨਾਲ ਸਰਾ ਸਰੀਰਮ ਧੱਕਾ ਹੋ ਰਿਹਾ ਹੈਗਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਗਿਆ ਸਿੱਖਾਂ ਦੀਆਂ ਜਾਇਦਾਦਾਂ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਔਰ ਸਿੱਖ ਨਸ਼ਲ ਕੁਸ਼ੀ ਕੀਤੀ ਗਈ ਯੋਜਨਾਬੱਧ ਤਰੀਕੇ ਦੇ ਨਾਲ ਤੇ ਅੱਜ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਦਰਿਆ ਆਪਣਾ ਨਸ਼ੇ ਦੇ ਦਰਿਆ ਦੇ ਵਿੱਚ ਡੋਬਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਯੋਜਨਾਬੱਧ ਤਰੀਕੇ ਦੇ ਨਾਲ ਡੋਬਿਆ ਜਾ ਰਿਹਾ ਹੈਗਾ ਇਸ ਵਿੱਚ ਕਸੂਰ ਸਿਰਫ ਭਾਰਤ ਸਰਕਾਰ ਦਾ ਹੀ ਨਹੀਂ ਬਲਕਿ ਸਾਡੀ ਅਖੌਤੀ ਸਿੱਖ ਲੀਡਰਸ਼ਿਪ ਦਾ ਵੀ ਹੈ ਬਰਾਬਰ ਦੇ ਦੋਸ਼ੀ ਹਨ ਕਿਉਂਕਿ ਇਹਨਾਂ ਦਾ ਮੁੱਦਾ ਸਿਰਫ ਵੋਟਾਂ ਤੱਕ ਹੀ ਹੈ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਇਹਨਾਂ ਨੂੰ ਸਿੱਖ ਮੁੱਦੇ ਯਾਦ ਆ ਜਾਂਦੇ ਹਨ ਤੇ ਬਾਅਦ ਚ ਉਹ ਭੁੱਲ ਜਾਂਦੇ ਹਨ ਸੋ ਮੈਂ ਮੈਂ ਤਾਂ ਇਹੀ ਕਹਾ ਕਿ ਕਿ ਨਵੀਂ ਸਿੱਖ ਲੀਡਰਸ਼ਿਪ ਜਿਹੜੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਦੇ ਵਿੱਚ ਉਹ ਨਵੇਂ ਜਿਹੜੇ ਚਿਹਰੇ ਆਉਣ ਤੇ ਇਹਨਾਂ ਬੇਨਸਾਫੀ ਦੇ ਖਿਲਾਫ ਸਰਕਾਰ ਦੇ ਨਾਲ ਲੜਾਈ ਲੜਨ ਪੂਰੀ ਮਤਲਬ ਕਾਨੂੰਨੀ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਆਜ਼ਾਦ ਕਰਾਇਆ ਜਾ ਸਕੇ ਭਾਈ ਰਾਜੂਵਾਲਾ ਦੇ ਮੁੱਦੇ ਨੂੰ ਕਿੱਦਾਂ ਦੇਖਦੇ ਆ ਉਹਨਾਂ ਦੀ ਜਿਹੜੀ ਰਹਿਮ ਦੀ ਅਪੀਲ ਪਾਈ ਗਈ ਆ ਉਹਤੇ ਹਾਲੇ ਤੱਕ ਕੋਈ ਪੈਰ ਵੀ ਨਹੀਂ ਹੋਈ ਚੰਗੀ ਤਰੀਕੇ ਦੇ ਨਾਲ ਤੇ ਹੁਣ ਜਿਹੜੀ ਅਕਾਲੀ ਦਲ ਤੇ ਐਸਜੀਪੀਸੀ ਦਾ ਇੱਕ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਮਿਲਦਾ ਤੇ ਕਿਦਾਂ ਦੇਖਦੇ ਇਸ ਮਸਲੇ ਨੂੰ ਇਹ ਤਾਂ ਜਿਉਹੀ ਗੱਲ ਹੈ ਜਿਵੇਂ ਸਿਆਣੇ ਕਹਿੰਦੇ ਜਿਸ ਦੀ ਲਾਠੀ ਉਸ ਦੀ ਮੱਜ ਅੱਜ ਜਿਹੜੀ ਲਾਠੀ ਹੈ ਉਹ ਬ੍ਰਾਹਮਣਵਾਦੀ ਸਰਕਾਰ ਦੇ ਹੱਥ ਵਿੱਚ ਆਈ ਹੋਈ ਹੈ ਉਹ ਆਪਣੇ ਤਰੀਕੇ ਦੇ ਨਾਲ ਲਾਠੀ ਨੂੰ ਵਰਤ ਰਹੀ ਹੈ ਨਹੀਂ ਤਾਂ ਕੀ ਕਾਰਨ ਹੈ ਕਿ ਸਜ਼ਾਾਂਵਾਂ ਭੁਗਤ ਚੁੱਕ ਕੇ ਅੱਜ ਸਾਡੇ ਸਿੱਖ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹਨ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਹੈਗਾ ਤੇ ਮਤਲਬ ਅੱਜ ਸਾਨੂੰ ਮਤਲਬ ਇਕਮੁੱਠ ਹੋ ਕੇ ਜਦੋ ਜਹਿਦ ਕਰਨ ਦੀ ਜ਼ਰੂਰਤ ਹੈ ਸਿੱਖੀ ਦੇ ਦੁਸ਼ਮਣਾਂ ਨੂੰ ਪਛਾਣਨ ਦੀ ਜ਼ਰੂਰਤ ਹੈ ਕੌਣ ਸਾਡੇ ਦੁਸ਼ਮਣ ਹਨ ਤੇ ਕੌਣ ਸਾਡੇ ਆਪਣੇ ਹਨ ਤੋਂ ਮੇਰੀ ਸਿੱਖ ਕੌਮ ਦੇ ਜੋ ਨੌਜਵਾਨ ਵਰਗ ਹੈਗਾ ਉਹਨਾਂ ਨੂੰ ਅਪੀਲ ਹੈ ਕਿ ਇਕਮੁੱਠ ਹੋ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਲੱਗ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਣਨ ਤੇ ਸਿੱਖ ਕੌਮ ਦੀ ਹੋਰ ਘਟ ਗਿਣਤੀ ਦੀ ਆਜ਼ਾਦੀ ਵਾਸਤੇ ਜਦੋ ਜਹਿਦ ਕਰਨ ਦੀ ਅੱਜ ਜਿਹੜਾ ਇਹ ਮੁੱਦਾ ਲੈ ਕੇ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਉਹਨਾਂ ਦਾ ਕਿਤੇ ਨਾ ਕਿਤੇ ਇਹੀ ਸੁਝਾਇਆ ਕਿ ਸਾਡੀ ਜਿਹੜੇ ਸਿੱਖ ਕੌਮ ਦੇ ਮਸਲੇ ਜਿਹੜੇ ਹੱਲ ਨਹੀਂ ਹੋ ਰਹੇ ਉਹਨਾਂ ਦੀ ਵਜ੍ਹਾ ਇੱਕੋ ਹੀ ਹੈ ਕਿ ਜਿਹੜੀ ਸਾਡੀ ਅਖੌਤੀ ਲੀਡਰਸ਼ਿਪ ਆ ਉਹ ਜ਼ਿੰਮੇਵਾਰ ਆ ਕਿਤੇ ਨਾ ਕਿਤੇ ਨਵੀਂ ਲੀਡਰਸ਼ਿਪ ਤਿਆਰ ਹੋਣੀ ਚਾਹੀਦੀ ਹੈ ਜਿਹੜੀ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਚੱਕੇ ਅਤੇ ਉਹਨਾਂ ਦੇ ਹੱਲ ਦੇ ਲਈ ਥੋਸ ਕਦਮ ਚੁੱਕੇ ਨਾਲ ਦੀ ਨਾਲ ਉਹਨਾਂ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਇਕਜੁੱਟ ਹੋਣਾ ਪਵੇਗਾ ਸਾਨੂੰ ਸਿੱਖਾਂ ਦੇ ਮਸਲੇ ਜਿਹੜੇ ਆ ਉਹ ਵਿਚਾਰਨੇ ਪੈਣਗੇ ਅਤੇ ਗੰਭੀਰਤਾ ਦੇ ਨਾਲ ਇਹਨਾਂ ਮਸਲਿਆਂ ਦੇ ਹੱਲ ਦੇ ਤਰੀਕੇ ਲੱਭਨੇ ਪੈਣਗੇ ਤਾਂ ਹੀ ਜਿਹੜੀ ਐ ਸਿੱਖ ਕੌਮ ਆ ਉਹ ਜਿਹੜੀ ਉੱਪਰ ਵੱਲ ਜਾਵੇਗੀ ਤੇ ਚੜ੍ਹਦੀ ਕਲਾ ਦਾ ਜਿਹੜਾ ਹੋਕਾ ਹਰ ਇੱਕ ਵਾਰ ਦਿੰਦੀ ਆ ਜਿਹੜੀ ਕੌਮ ਅੱਜ ਜੋ ਜੇ ਨਿਗਾਰ ਵੱਲ ਜਾ ਰਹੀ ਆ ਉਹਦਾ ਕਾਰਨ ਸਿੱਖੋ ਇੱਕੋ ਹੀ ਆ ਕਿ ਕਿਤਨੇ ਕਿਤੇ ਜਿਹੜੀ ਅਖੌਤੀ ਲੀਡਰਸ਼ਿਪ ਆ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਨੌਜਵਾਨਾਂ ਨੂੰ ਉੱਠਣਾ ਪਵੇਗਾ ਤੇ ਸਾਰੇ ਨੂੰ ਇਕਜੁੱਟ ਹੋ ਕੇ ਆਪਣੀ ਸਿੱਖ ਕੌਮ ਦੇ ਲਈ ਕਦਮ ਚੁੱਕਣੇ ਪੈਣਗੇ ਤੇ ਨਾਲ ਦੀ ਨਾਲ ਉਪਰਾਲਾ ਕਰਨਾ ਪਵੇਗਾ ਕਿ ਅਸੀਂ ਚੜ੍ਹਦੀ ਕਲਾ ਵਾਲੇ ਸਿੰਘ ਆ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ